दिल दिया गला दिल दिया गला। थानू किन्ने इंस्पायर किया कि तुसी इस प्रोफेशन च आओ ते सारे नू हसाओ एंटरटेन करो? एक्चुअली सोनम जी, जो मैं स्कूल च पढ़ता सी दसवीं चौदह, मैं अपनी बाल सभा का सैकटरी सी। हाँ, स्टेज पर मैं थोड़े वागू जिस तरह हम तुम एंकर हो मैं उदो एंकर सी ते नाल मैं एक अद्धा जोक सुना दिंदा हुंदा सी। अच्छा। पहली जिहड़ी छणकाटा सी साडी एल्बम, हाँ, ओ 1988 दे विच असी कढ़ी जी। ते उस तो बाद कह सकदे हां वी परमात्मा दी इन्ना कृपा रही कि पहला तां एल्बम नूं असी मिन्ता कर कर किसी कंपनियां कोल जांदे सी, साडी कैसेट लै लो। उस तो बाद कंपनियां साडे मगर सी, असी ਉਹਨਾਂ ਦੇ ਮੂਰੇ ਮੂਰੇ ਸੀ, ਸਭ ਲੋਕ ਪਿੱਛੇ ਪਿੱਛੇ ਸੀ। ਸੋ ਟੋਟਲ ਹੁਣ ਤੱਕ ਮੈਂ 27 ਐਲਬਮਸ ਛਣਕਾਟੇ ਦੀਆਂ ਕੱਢੀਆਂ, ਔਰ ਲਾਸਟ ਛਣਕਾਟਾ ਸੀ ਸਾਡਾ 2009 ਮਿੱਠੇ ਪੋਚੇ। ਲੋਕੀ ਬਹੁਤ ਵਾਰੀ ਇੱਦਾਂ ਕਹਿੰਦੇ ਆ ਕਿ ਨਾ ਵਿਆਹ ਤੋਂ ਬਾਅਦ ਤੇ ਬੰਦੇ ਬਹੁਤ ਸੀਰੀਅਸ ਹੋ ਜਾਂਦੇ ਆ, ਹਾਸੇ ਤਾਂ ਕਿੱਥੇ ਰਹਿਣੇ ਆ, ਤੇ ਤੁਸੀਂ ਤਾਂ ਵਿਆਹ ਤੋਂ ਬਾਅਦ ਹੋਰ ਫਨੀ ਹੋ ਗਏ, ਇੰਨਾ ਕੰਮ ਕੀਤਾ, ਇੰਨੀ ਸਕਸੈਸ ਮਿਲੀ, ਇੰਨਾ ਪਿਆਰ ਮਿਲਿਆ, ਤੇ ਵਿਆਹ ਤੋਂ ਬਾਅਦ ਵੀ ਮਤਲਬ ਇੰਨਾ ਹਿਊਮਰ ਕਿੱਥੋਂ ਲੈ ਕੇ ਆਉਂਦੇ ਹੋ? ਇਨਸਾਨ ਡਿਪੈਂਡ ਕਰਦਾ ਵੀ ਕਿੰਨਾ ਕੁ ਲੱਕੀ ਆ, ਉਹਨੂੰ ਪਾਰਟਨਰ ਕਿੱਦਾਂ ਦਾ ਮਿਲਦਾ। ਸੋ ਟੱਚਵੁੱਡ, ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਮੇਰੀ ਵਾਈਫ ਮਿਲੀ, ਜਿੰਨਾ ਅੱਛੀ ਆ ਉਸ ਤੋਂ ਵੱਧ ਪਾਠ ਕਰਦੀ ਆ, ਗੁਰਬਾਣੀ ਨਾਲ ਜੁੜੀ ਹੋਈ ਆ। ਤਾਂ ਅਸੀਂ ਸੋਚਦੇ ਹਾਂ ਵੀ ਸ਼ਾਇਦ ਸਾਡੇ ਪਾਪ ਵੀ ਇੱਦਾਂ ਹੀ ਧੋਤੇ ਜਾਂਦੇ ਆ ਉਹਨਾਂ ਕਰਕੇ। ਅਗਰ ਤੁਸੀਂ ਘਰੇ ਤੁਹਾਡਾ ਮਾਹੌਲ ਸੁਖਾਵਾਂ, ਹਾਸਿਆਂ ਵਾਲਾ, ਖੇੜਿਆਂ ਵਾਲਾ, ਤਾਂ ਬਾਹਰ ਵੀ ਤੁਸੀਂ ਹੱਸ ਸਕਦੇ ਹੋ। ਅਗਰ ਤੁਸੀਂ ਘਰੇ ਟੈਂਸ ਹੋ ਤਾਂ ਤੁਸੀਂ ਜ਼ੋਰ ਲਾ ਲਓ, ਤੁਹਾਡੀ ਪਰਫਾਰਮੈਂਸ ਬਾਹਰ ਵਧੀਆ ਨਹੀਂ ਨਿਕਲ ਸਕਦੀ। ਤੇ ਕਦੀ ਇਦਾਂ ਹੋਇਆ ਕਿ ਘਰੇ ਲੜਾਈ ਹੋ ਗਈ, ਕਿਉਂਕਿ ਹਸਬੈਂਡ ਵਾਈਫ 'ਚ ਲੜਾਈ ਵੀ ਹੋ ਜਾਂਦੀ ਆ, ਤੇ ਤੁਹਾਨੂੰ ਜਾ ਕੇ ਕੋਈ ਮਤਲਬ ਬਹੁਤ ਹੀ ਓਬਵੀਅਸਲੀ ਹਸਾਉਣ ਵਾਲਾ ਸੀਨ ਕਰਨਾ, ਕਦੇ ਇਦਾਂ ਦੀ ਹੋਈ ਸਿਚੁਏਸ਼ਨ ਅੱਜ ਤੱਕ? ਨਹੀਂ, ਇਦਾਂ ਦੀ ਤਾਂ ਨਹੀਂ ਕਦੇ ਮੈਨੂੰ ਲੋੜ ਪਈ। ਹਾਂ, ਕਿਉਂਕਿ ਕੋਸ਼ਿਸ਼ ਕਰੀਦੀ ਆ ਕਿ ਇਦਾਂ ਦੀ ਗੱਲ ਜਿਹਦੇ ਨਾਲ ਉਹਨਾਂ ਨੂੰ ਗੁੱਸਾ ਆਵੇ ਉਹਨਾਂ ਨੂੰ ਪਤਾ ਨਹੀਂ ਲੱਗਣ ਦੇਈਦੀ। ਅੱਛਾ, ਮਤਲਬ ਤੁਸੀਂ ਲੁਕਾਉਣ 'ਚ ਚੀਜ਼ਾਂ ਬਹੁਤ ਬਹੁਤ ਮਾਹਿਰ, ਬਹੁਤ ਮਾਹਿਰ ਹੋ। ਵਾਹ ਵਾਹ ਵਾਹ, ਓਕੇ। ਅਤੇ ਸਰ, ਤੁਸੀਂ ਉਸ ਟਾਈਮ 'ਚ ਮੂਵੀਜ਼ ਦੋਸਤਾਂ ਨਾਲ ਦੇਖਣ ਜਾਂਦੇ ਸੀਗੇ, ਅਤੇ ਕਦੇ ਕਿਸੇ ਕੁੜੀ ਨੂੰ ਵੀ ਡੇਟ 'ਤੇ ਲੈ ਕੇ ਗਏ, ਮੂਵੀ ਡੇਟ 'ਤੇ? ਨਹੀਂ, ਹੌਸਲਾ ਹੀ ਨਹੀਂ ਹੁੰਦਾ ਸੀਗਾ ਜੀ। ਪਹਿਲੀ ਗੱਲ ਤਾਂ ਕਿਸੇ ਕੁੜੀ ਨਾਲ ਗੱਲ ਕਰ ਲਈਏ, ਜੇ ਗੱਲ ਕਿਸੇ ਦੀ ਹੋ ਵੀ ਜਾਂਦੀ ਸੀ, ਇੰਨੇ ਪੈਸੇ ਨਹੀਂ ਹੁੰਦੇ ਸੀ, 2 ਰੁਪਏ ਆਪਣੀ ਟਿਕਟ ਜੋਗੇ ਮਸਾਂ ਹੁੰਦੇ ਸੀ, ਉਹਨੂੰ ਕਿੱਥੋਂ ਦਿਖਾਉਣੀ ਸੀ ਨਾਲ ਲਿਆ ਕੇ। ਅੱਛਾ ਅੱਛਾ, ਅਤੇ ਪਹਿਲੀ ਵਾਰੀ ਡੇਟ 'ਤੇ ਕਦੋਂ ਗਏ ਸੀ? ਵਾਈਫ ਨਾਲ ਕਿਸੇ ਹੋਰ ਨਾਲ? ਨਹੀਂ, ਕਿਸੇ ਹੋਰ ਨਾਲ, ਮਤਲਬ ਵਾਈਫ ਤੋਂ ਪਹਿਲਾਂ? ਪਹਿਲੀ ਵਾਰੀ ਤਾਂ ਹਜੇ ਤੱਕ ਨਹੀਂ ਚਾਂਸ ਲੱਗਿਆ। ਅੱਛਾ, ਮੈਮ ਦੇ ਨਾਲ ਡੇਟ 'ਤੇ ਪਹਿਲੀ ਵਾਰੀ ਕਦੋਂ ਗਏ? ਡੇਟ 'ਤੇ ਇਸ ਕਰਕੇ ਕਹਿ ਸਕਦੇ ਹੋ ਤੁਸੀਂ ਨਹੀਂ ਗਏ ਕਿਉਂਕਿ ਮੇਰੀ ਅਰੇਂਜ ਮੈਰਿਜ ਸੀ। ਅੱਛਾ, ਮੇਰੀ ਕੋਈ ਲਵ ਮੈਰਿਜ ਨਹੀਂ ਸੀ। ਹਾਂ, ਅਤੇ ਇੱਕ ਮੇਰੇ ਮਾਸੀ ਦੇ ਬੇਟੇ ਦਾ ਵਿਆਹ ਸੀਗਾ, ਮੁੰਡੇ ਦਾ। ਹਾਂ, ਅਤੇ ਉਹਦੇ ਵਿਆਹ ਦੇ ਉੱਤੇ ਸਾਰੇ ਜਾਗੋ ਗਾ ਰਹੇ ਸੀਗੇ, ਪੱਗ ਸ਼ੱਗ ਲੱਗੇ ਹੋਏ ਸੀ ਸਾਰਿਆਂ ਦੇ, ਅਤੇ ਉੱਧਰੋਂ ਇਹ ਵੀ ਉਹਨਾਂ ਦੀ ਰਿਸ਼ਤੇਦਾਰੀ ਸੇਮ ਸੀਗੇ, ਕਿਤੇ ਮੈਂ ਮਾਸੀ ਜੀ ਵਾਲੇ ਪਾਸਿਓਂ ਸੀਗੇ, ਮਾਸਟਰ ਜੀ ਵਾਲੇ ਪਾਸਿਓਂ ਰਿਸ਼ਤੇਦਾਰੀ ਸੀਗੇ। ਤਾਂ ਉਦੋਂ ਮੇਰੇ ਮੰਮਾ ਨੇ ਮੇਰੇ ਕੰਨ 'ਚ ਆ ਕੇ ਕਿਹਾ ਕਿ ਇੱਕ ਲੜਕੀ ਆਈ ਹੋਈ ਆ ਪਿੱਛੇ ਜਾਗੋ 'ਚ, ਅਤੇ ਤੁਰੀ ਆਉਂਦੀ ਆ, ਮੇਰੇ ਨਾਲ ਯੈਲੋ ਰੰਗ ਦਾ ਸੂਟ ਪਾਇਆ, ਤੂੰ ਮਾੜੀ ਨਿਗਾਹ ਮਾਰ ਕੇ ਦੇਖ ਲੈ ਵੀ ਤੈਨੂੰ ਪਸੰਦ ਆ। ਮੈਂ ਕਿਹਾ ਮੰਮੀ ਮੇਰੇ ਤਾਂ ਹੁਣ ਪੈਗ ਲੱਗੇ 2-4, ਮੈਨੂੰ ਤਾਂ ਦੇਖਣਾ ਕੁਛ ਨਹੀਂ ਇਸ ਵੇਲੇ, ਤੁਸੀਂ ਆਪ ਹੀ ਦੇਖ ਲਓ ਕਿਹੜਾ ਕੋਈ ਦੇਖਣਾ। ਯਾਨੀ ਉੱਥੋਂ ਗੱਲਬਾਤ ਸ਼ੁਰੂ ਹੋਈ। ਇਹ ਹੈਗੇ ਆ ਕਨਫੈਸ਼ਨ ਸ਼ਾਰਟਸ, ਹੈ ਨਾ? ਮੈਂ ਕੁਝ ਚੀਜ਼ਾਂ ਪੁੱਛੂੰਗੀ, ਤੁਸੀਂ ਮੈਨੂੰ ਸੱਚੀ ਸੱਚੀ ਉਹਨਾਂ ਨੂੰ ਕਨਫੈਸ ਕਰਕੇ ਦੱਸਣਾ ਆ, ਉਹਨਾਂ ਉਹ ਜਵਾਬ ਦੇਣੇ ਆ। ਜੇ ਤੁਸੀਂ ਨਹੀਂ ਦਿੱਤੇ ਫਿਰ ਤੁਹਾਨੂੰ ਇੱਕ ਸ਼ਾਟ ਪੀਣਾ ਪੈਣਾ। ਓਕੇ, ਸਭ ਤੋਂ ਪਹਿਲਾਂ ਕਨਫੈਸ਼ਨ, ਕਨਫੈਸ ਕਰੋ, ਤੁਹਾਨੂੰ ਪਹਿਲੀ ਵਾਰ ਪਿਆਰ ਕਦੋਂ ਹੋਇਆ ਸੀ? ਆਫਟਰ ਮੈਰਿਜ। ਇਹ ਸੱਚੀ ਕਹਿ ਰਹੇ ਹੋ? ਸੱਚੀ ਕਹਿ ਰਹੇ ਹੋ, ਝੂਠ ਥੋੜਾ। ਚਲੋ ਠੀਕ ਹੈ, ਵੈਰੀ ਸਵੀਟ। ਕਨਫੈਸ ਕਰੋ, ਕਦੇ ਕਿਸੇ ਨੂੰ ਸੋਸ਼ਲ ਮੀਡੀਆ ਤੇ ਸਟਾਕ ਕੀਤਾ? ਮੈਂ ਸੋਨਮ ਬਾਜਵਾ। ਕਨਫੈਸ ਕਰੋ, ਵਿਆਹ ਤੋਂ ਪਹਿਲਾਂ ਜਾਂ ਬਾਅਦ 'ਚ ਕੋਈ ਸੋਹਣੀ ਕੁੜੀ ਮਿਲੀ ਹੋਵੇ ਜਿਹਦੇ ਨਾਲ ਗੱਲਾਂ ਕਰਨ ਦਾ ਮਨ ਹੋਵੇ ਪਰ ਆਪਣੇ ਆਪ ਨੂੰ ਰੋਕ ਲਿਆ? ਨਹੀਂ, ਐਸੀ ਕੋਈ ਗੱਲ ਨਹੀਂ। ਵਿਆਹ ਤੋਂ ਬਾਅਦ ਮੇਰਾ ਬੜਾ ਦਿਲ ਕਰਦਾ ਸੀ ਮੈਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਾਂ, ਅੱਜ ਕਰ ਰਹੇ ਹਾਂ। ਤੁਸੀਂ ਕੋਈ ਵੀ ਆਪਣੀ ਜ਼ਿੰਦਗੀ ਦੀ ਗੱਲ ਜਿਹੜੀ ਅੱਜ ਤੱਕ ਕਦੇ ਕਨਫੈਸ ਨਹੀਂ ਕੀਤੀ, ਕਿਸੇ ਨੂੰ ਨਹੀਂ ਦੱਸੀ, ਅੱਜ ਉਹ ਕਰਨੀ ਆ? ਅਸੀਂ ਬੜੀ ਮੀਡੀਓਕਰ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ, ਅਤੇ ਉਹ ਫਿਰ ਪੈਸੇ ਬਹੁਤ ਘੱਟ ਮਿਲਦੇ ਹੁੰਦੇ ਸੀ ਘਰੋਂ, ਰੋਜ਼ ਦਾ ਪਾਪਾ 1 ਰੁਪਈਆ ਦਿੰਦੇ ਹੁੰਦੇ ਸੀਗੇ, ਅਤੇ ਮੈਂ ਮੰਮਾ ਨੂੰ ਕਹਿਣਾ ਵੀ ਮੰਮਾ ਮੈਨੂੰ 1 ਰੁਪਇਆ ਨਾ ਦਿਵਾਇਆ ਕਰੋ, ਉਹ 'ਚ 50 ਪੈਸੇ ਦਾ ਚਾ 25 ਪੈਸੇ ਦਾ ਕੱਪ ਚਾਹ ਦਾ, 25 ਦਾ ਸਮੋਸਾ, 25 ਪੈਸੇ ਦਾ, 50 ਪੈਸੇ ਵੱਜਦੇ ਹੁੰਦੇ ਸੀ। ਉਹ 2-3 ਦਿਨਾਂ ਦੇ 50-50 ਪੈਸੇ ਜੋੜ ਕੇ ਜਦੋਂ 2 ਰੁਪਏ ਇਕੱਠੇ ਹੋ ਜਾਂਦੇ ਸੀ ਫਿਰ ਮੈਂ ਫਿਲਮ ਦੇਖਦਾ ਸੀਗਾ, ਅਤੇ ਮੈਂ ਮੰਮੀ ਨੂੰ ਕਹਿਣਾ ਮੰਮੀ ਮੈਨੂੰ ਹਫ਼ਤੇ ਦੇ ਇਕੱਠੇ 10 ਦਵਾ ਦਿਓ, ਕਿਉਂਕਿ ਸੰਡੇ ਦੀ ਛੁੱਟੀ ਆ ਜਾਂਦੀ ਸੀ ਵਿੱਚ, ਮੈਨੂੰ ਆਹ 7 ਰੁਪਏ ਨਹੀਂ ਚਾਹੀਦੇ। ਫਿਰ ਮੈਨੂੰ ਜੀ ਉਹਨਾਂ ਨੇ 10 ਰੁਪਏ ਦੇਣੇ ਸ਼ੁਰੂ ਕਰ ਲਏ। ਪਹਿਲੇ ਦਿਨ 10 ਦਿੱਤੇ ਮੈਂ ਪਰਸ 'ਚ ਪਾਏ, ਟ੍ਰੇਨ 'ਚ ਜਾਂਦੇ ਸੀ ਅਸੀਂ ਲੁਧਿਆਣੇ ਪੜ੍ਹਨ,
एक दिन की होया जिदन मैं 10 रुपये मिले पहले दिन ही तो चैकर आया तो छापा पै गया गड्डी च। एक लड़की सी उहदे कोल पास नहीं सीगा, वो कहिंदी मेरा अज पास बनना दिता होया मैनू शाम नू मिलना। वो कहिंदा नो एक्सक्यूज, उन्हें 10 रुपये उन्हें जुर्माना करता कुड़ी नू। हुण उहदे कोल पैसे ना, मैनू बापू जी ने दिते सी 10 रुपये ताजे ताजे, मैं परस खोलिया पिछों 10 रुपये कढ के मैं उहनू दिते कुड़ी नू। ते उहने मैनू हफ्ते बाद जाणी कॉलेज दे गेट तों बाहर ते मैनू आई मेरे कोल, ते मैं बड़ा खुश कहिंदी वीर जी तुहाडे 10 रुपये। थोड़े अकॉर्डिंग एक चीज जिहड़ी बॉलीवुड इंडस्ट्री च चेंज होनी चाहीदी आ? सिंगर दा पैमाना नहीं रखना चाहीदा एक्टिंग लई। थोड़े अकॉर्डिंग केड़ी एक्ट्रेस नाल तुसी हिट जोड़ी बनाउंदे? उपासना सिंह। ओके, पुखराज दी कोई 3 आदतां जिहड़ियां सेम टू सेम थोड़ियां वर्गियां ने? छुट्टी वाले दिन नहाउणा नहीं। ओके, जिन्ना पैसा जेब च होणा उह तों वध खर्चना। ओके, दो। तीसरा अपने मियां मिठू नेक इंसान। ओके ओके, हाउ स्वीट। फॉलोइंग टर्म्स नु सुन के सब तो पहला केड़े आर्टिस्ट माइंड च आउंदे आ? ओके, जेड़ा हर तरह दा कैरेक्टर प्ले कर सकदा। आ ही इज दिलजीत एंड गिप्पी। ओके, नखरेला आर्टिस्ट नीरू। नीरू बाजवा। ओके, सारेयां दे डायलॉग खाण वाला? जसविंदर भल्ला। ओके, जे पुखराज एक दिन भज के विआह करके घर आए तो सब तो पहला की करोगे? छत्तर लाऊंगा जिहड़ा बिना दस्से करूंगा। ओके, इंडस्ट्री च कुछ कमेडियंस दे नाल लै रही हां ते तुसी उहनां दी कॉमेडी टाइमिंग दे अकॉर्डिंग उहनां नूं 5 तों 1 दे ऑर्डर च प्लेस करना? बीनू ढिल्लो, करमजीत अनमोल, संगा, गुरप्रीत घुग्गी, बी एन शर्मा। इहनां च जिहड़ी कॉमेडी है नंबर 1 टाइमिंग दे अकॉर्डिंगली बीनू ढिल्लो, नंबर 2 गुरप्रीत, नंबर 3 करमजीत अनमोल, फिर अगों 4 ते 5 बी एन शर्मा जी ते 5 ते संगा साहब। ओके, फॉलोइंग सिचुएशंस च की करोगे? किसी पार्टी ते गए ते एक शराबी बार बार कह रहा कि जोक सुनाओ जोक सुनाओ। एक अद्धी वारी सुना दे ते फिर दूजी वारी घूर दे। ओके, दिल दीआं गल्लां।